ਟਰੈਵਲ ਏਜੰਟ ਤੋਂ ਅੱਕ ਕੇ ਟੈਂਕੀ ਤੇ ਚੜੇ ਪਤੀ ਪਤਨੀ। ਇਮੀਗ੍ਰੇਸ਼ਨ ਸੈਂਟਰ ਤੇ 10 ਲੱਖ ਦੀ ਠੱਗੀ ਦੇ ਲਗਾਏ ਇਲਜ਼ਾਮ। ਤਾਂ ਦੱਸ ਦਈਏ ਕਿ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਪਤੀ ਪਤਨੀ ਟੈਂਕੀ ਤੇ ਚੜ ਜਾਂਦੇ ਨੇ ਤੇ ਇਹਨਾਂ ਨੇ ਸੈਂਟਰ ਤੇ 10 ਲੱਖ ਰੁਪਏ ਦੀ ਠੱਗੀ ਦੇ ਇਲਜ਼ਾਮ ਲਗਾਏ ਨੇ, ਜਿਸ ਤੋਂ ਬਾਅਦ ਟੈਂਕੀ ਤੇ ਚੜਦੇ ਨੇ ਤੇ ਇਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਤੇ ਕਿਹਾ ਗਿਆ ਕਿ ਨਾ ਤਾਂ ਵੀਜ਼ਾ ਲੱਗਿਆ ਤੇ ਨਾ ਹੀ ਇਹਨਾਂ ਦੇ ਵੱਲੋਂ ਪੈਸੇ ਮੁੜੇ ਗਏ। ਤਾਂ ਦੱਸ ਦਈਏ ਕਿ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਪੀੜਿਤ ਦੇ ਪਿਤਾ ਨੇ ਦੱਸਿਆ ਕਿ ਇਮੀਗ੍ਰੇਸ਼ਨ ਵਾਲਿਆਂ ਨਾਲ ਸਾਡੀ UK ਦੇ ਵੀਜ਼ੇ ਸੰਬੰਧੀ ਗੱਲ ਹੋਈ ਸੀ ਤਾਂ ਇਹਨਾਂ ਨੇ ਸਾਨੂੰ ਪਹਿਲਾਂ ਕਿਹਾ ਸੀ ਕਿ ਵੀਜ਼ਾ ਲੱਗਣ ਤੋਂ ਬਾਅਦ ਹੀ ਪੈਸੇ ਜਮ੍ਹਾਂ ਕਰਵਾਉਣੇ ਪੈਣਗੇ ਤੇ ਫਿਰ ਅਚਾਨਕ ਇਹ ਪੈਸੇ ਮੰਗਣ ਲੱਗ ਜਾਂਦੇ ਨੇ, ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ 10 ਲੱਖ ਰੁਪਏ ਦੀ ਰਕਮ ਇਮੀਗ੍ਰੇਸ਼ਨ ਸੈਂਟਰ ਨੂੰ ਦਿੱਤੀ ਗਈ ਤੇ ਫਿਰ ਕਦੇ 10 ਦਿਨ ਅਤੇ 20 ਦਿਨ ਕਹਿ ਕੇ ਲਾਰੇ ਲਗਾਉਂਦੇ ਰਹਿੰਦੇ ਨੇ ਅਤੇ ਨਾ ਤਾਂ ਵੀਜ਼ਾ ਆਉਂਦਾ ਹੈ ਅਤੇ ਨਾ ਹੀ ਫਿਰ ਇਹਨਾਂ ਦੇ ਵੱਲੋਂ ਪੈਸੇ ਮੁੜੇ ਜਾਂਦੇ ਨੇ। ਤਾਂ ਜਦੋਂ ਅਸੀਂ ਇਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹਨਾਂ ਦੇ ਬਾਊਂਸਰ ਸਾਨੂੰ ਬਾਹਰ ਕੱਢ ਦਿੰਦੇ ਨੇ ਅਤੇ ਪੈਸੇ ਦੇਣ ਤੋਂ ਇਨਕਾਰ ਕਰ ਦਿੰਦੇ ਨੇ। ਤਾਂ ਪੀੜਿਤ ਦੇ ਪਿਤਾ ਦੇ ਵੱਲੋਂ ਇਹ ਇਲਜ਼ਾਮ ਇਸ ਇਮੀਗ੍ਰੇਸ਼ਨ ਸੈਂਟਰ 'ਤੇ ਲਗਾਏ ਗਏ ਨੇ, ਜਿਸ ਤੋਂ ਬਾਅਦ ਇਹ ਥੱਕ ਹਾਰ ਕੇ ਟੈਂਕੀ 'ਤੇ ਚੜ ਜਾਂਦੇ ਨੇ ਅਤੇ ਇਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ। ਤਾਂ ਮੌਕੇ 'ਤੇ ਪੁਲਿਸ ਅਧਿਕਾਰੀ ਵੀ ਪਹੁੰਚੇ ਨੇ ਅਤੇ ਉਹਨਾਂ ਦੇ ਵੱਲੋਂ ਇਸ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਮੇਰਾ ਨੂੰਹ ਅਤੇ ਬੇਟਾ ਇਮੀਗ੍ਰੇਸ਼ਨ ਵਾਲੇ ਗਲੋਬਲ ਵਾਲਿਆਂ ਦੇ UK ਜਾਣ ਵਾਸਤੇ ਫਾਈਲ ਲਗਾਈ ਹੋਈ ਸੀਗੀ। ਅੱਛਾ ਜੀ। ਪਹਿਲੇ ਮਹੀਨੇ ਦੀ ਜਦ ਫਾਈਲ ਲਗਾਈ ਹੋਈ ਸੀ, ਦੂਜੇ ਮਹੀਨੇ ਆ ਕੇ ਪਹਿਲਾਂ ਇਹਨੇ ਫਾਈਲ ਲਵਾਈ। 2024 ਦੀ ਗੱਲ ਹੀ ਹੈ। 2024 ਦੀ ਜਨਵਰੀ ਦੀ। ਇਹਨਾਂ ਨੇ ਫਾਈਲ ਲਵਾਉਣ ਵਾਸਤੇ ਸਾਨੂੰ ਕਿਹਾ ਵੀ ਕੋਈ ਤੁਹਾਡਾ ਪਹਿਲਾਂ ਪੈਸਾ ਨਹੀਂ ਲਿਆ ਜਾਊਗਾ, ਵੀ ਵੀਜ਼ਾ ਲੱਗੇ ਤੋਂ ਬਾਅਦ ਤੋਂ ਪੈਸੇ ਲੈ ਜਾਣਗੇ ਸਾਰੇ। ਅੱਛਾ ਜੀ। ਵੀ ਪਹਿਲਾਂ ਕੋਈ ਪੈਸਾ ਨਹੀਂ ਲੈਣਾ। ਸਾਨੂੰ ਦੂਜੇ ਦੇ ਮਹੀਨੇ ਦੇ ਵਿੱਚ ਆ ਕੇ ਇਹ ਪੈਸਾ ਦੀ ਮੰਗ ਕਰਨ ਲੱਗ ਗਏ। ਫਿਰ ਅਸੀਂ 10 ਲੱਖ ਰੁਪਈਆ ਇਹਨਾਂ ਨੂੰ ਵਿਆਜ 'ਤੇ ਕਰਾ ਕੇ ਅਸੀਂ ਬੈਂਕ ਤੋਂ ਲੋਨ ਕਰਾ ਕੇ ਅਸੀਂ ਪੈਸੇ ਦਿੱਤੇ ਨੇਗੇ। ਠੀਕ ਹੈ। ਅਤੇ ਉਦੋਂ ਬਾਅਦ ਇਹਨਾਂ 29 ਫਰਵਰੀ ਨੂੰ ਸਾਡੇ ਚੰਡੀਗੜ੍ਹ ਇਮੀਗ੍ਰੇਸ਼ਨ ਵਾਲਿਆਂ ਨੇ ਪੈਸੇ ਵੀ ਭਰਵਾਏ ਨੇ, ਉੱਥੇ ਫੀਸ ਭਰਵਾਈ ਹੈਗੀ। ਅਤੇ ਉਦੋਂ ਬਾਅਦ ਕੋਈ ਇਹਨਾਂ ਨੇ ਸਾਨੂੰ ਕਦੇ 10 ਦਿਨ ਕਦੇ 20 ਦਿਨ ਲਾਰੇ ਲਾਈ ਗਏ ਨੇਗੇ। ਲਾਰੇ ਲਾਉਣ ਤੋਂ ਬਾਅਦ ਜਦ ਵੀ ਅਸੀਂ ਆਏ ਇੱਥੇ ਧੱਕੇ ਮਾਰ ਕੇ ਸਾਨੂੰ ਇਹਨਾਂ ਦੇ ਜਿਹੜੇ ਬਾਕਸ ਰੱਖੇ ਹੋਏ ਨੇ ਬਾਹਰ ਕੱਢਿਆ ਜਾਂਦਾ ਰਹੇਗਾ, ਕਿਸੇ ਨੂੰ ਮਿਲ ਨਹੀਂ ਦਿੱਤਾ ਜਾਂਦਾ ਰਹੇਗਾ। ਅਤੇ ਸਾਨੂੰ ਇਹ ਵੀ ਕਿਹਾ ਜਾਂਦਾ ਰਹੇਗਾ ਵੀ ਜਿਹੜਾ ਕੋਈ ਮਰਜ਼ੀ ਕਰਨਾ ਤੁਸੀਂ ਕਰ ਲਓ, ਵੀ ਅਸੀਂ ਪੈਸੇ ਨਹੀਂ ਦੇਣੇ। ਹਾਂ, ਗਲੋਬਲ ਵਾਲੇ ਕਹਿੰਦੇ? ਗਲੋਬਲ ਵਾਲਿਆਂ ਨੇ। ਅਤੇ ਇਹੋ ਜਿਹਾ ਕੀ ਹੋਇਆ ਬਾਪੂ ਜੀ, ਜਿਹੜਾ ਅੱਜ ਕਹਿੰਦੇ 9 ਫੁੱਟ ਟੈਂਕੀ 'ਤੇ ਚੜ ਗਏ ਨੇ, ਕੀ ਕਾਰਨ ਕੀ ਹੋਇਆ? ਕਾਰਨ ਇਹ ਹੀ ਹੈ, ਹੁਣ ਜ਼ਿਆਦਾ ਇੰਨੇ ਪੈਸਿਆਂ ਦਾ ਵਿਹਲੇ ਨੇ, ਇਹ ਕੋਈ ਕੰਮ ਕਾਰ ਕਰਦੇ ਨਹੀਂ ਹਨ। ਉੱਧਰ ਜਾਣ ਵਾਸਤੇ ਉਹ ਸੀਗਾ ਵੀ ਨਾਲੇ ਤਾਂ ਇਹਨਾਂ ਸਰਟੀਫਿਕੇਟ ਸਾਰੇ ਇਹਨਾਂ ਲਵੇ ਪਏ ਨੇਗੇ, ਕਿਧਰੇ ਪਾਸੇ ਹੋਰ ਵੀ ਅਪਲਾਈ ਕਰਨ ਜੋਗੇ ਨਹੀਂ। ਹੈ ਨਾ ਵੀ ਜਵਾਬ ਦਿੱਤਾ ਤੁਹਾਨੂੰ? ਬਿਲਕੁਲ ਜਵਾਬ ਸਾਨੂੰ ਹੁਣ ਤੁਸੀਂ ਦਿੱਤੇ ਨਹੀਂ ਉਹਨਾਂ ਨੇ ਕੁਛ ਵੀ। ਕਿੰਨੇ ਜਣਿਆਂ ਨੇ ਜਾਣਾ ਸੀ ਅਤੇ ਕਿੰਨੀ ਰਕਮ ਸੀ? 2 ਜਣਿਆਂ ਜਾਣਾ, 26 ਲੱਖ ਰਕਮ ਦੇਣੀ ਸੀ। 9 ਪੁੱਤ ਨੇ, ਇਹ 26 ਲੱਖ ਰੁਪਏ ਸਾਰੇ ਸਾਰਾ ਤੁਸੀਂ ਕੈਸ਼ ਦਿੱਤਾ ਇਹਨਾਂ ਨੂੰ? ਕੈਸ਼ ਦੇਣਾ ਹੀ 10 ਲੱਖ ਰੁਪਏ ਦਿੱਤਾ ਸੀ। ਅੱਛਾ, 10 ਲੱਖ ਦਿੱਤਾ ਹੋਇਆ? 10 ਲੱਖ ਰੁਪਏ ਦਿੱਤਾ, 2 ਬਾਕੀ ਦੇਣਾ ਸੀ। ਹੁਣ ਮਤਲਬ ਪੱਲਾ ਝੜ ਰਹੇ ਨੇ? ਹਾਂ, ਹੁਣ ਪੱਲਾ ਝੜ ਰਹੇ ਨੇ। ਅਤੇ ਹੁਣ ਅੱਜ ਹੀ ਕਿਉਂ ਚੁਣਿਆ ਦੇਣਗੇ ਅੱਜ? ਅਸੀਂ ਪਹਿਲਾਂ ਪੁਲਿਸ ਪ੍ਰਸ਼ਾਸਨ ਦਾ ਵੀ ਬਹੁਤ ਵਾਰੀ ਗੇੜੇ ਮਾਰ ਕੇ ਹੱਥ ਥੱਕ ਗਏ। ਠੀਕ ਹੈ। ਅਸੀਂ ਆਪਣੇ ਲੁਧਿਆਣੇ ਦਾ ਜਿਹੜਾ CP ਪੁਲਿਸ ਕਮਿਸ਼ਨਰ ਹੈ, ਉਹਨਾਂ ਨੂੰ ਅਸੀਂ ਨੇ ਐਪਲੀਕੇਸ਼ਨ ਦੇ ਕੇ ਗਏ ਹੋਏਗੇ। ਉਹਨਾਂ ਨੇ ਧੂਰੀ ਨੂੰ ਐਪਲੀਕੇਸ਼ਨ ਦੀ ਭੇਜੀ ਹੋਈ ਹੈ ਇੱਥੋਂ। ਧੂਰੀ ਵਾਲੇ ਇੱਥੇ ਨੂੰ ਫੋਨ ਕਰਦੇ ਨੇ, ਇਹ ਫੋਨ ਕਈ ਵਾਰੀ ਤਾਂ ਅਟੈਂਡ ਕਰਦੇ ਨੇ, ਕਈ ਵਾਰੀ ਕਰਦੇ ਨਹੀਂ, ਅਤੇ ਉਹਨਾਂ ਨੂੰ ਲਾਰੇ ਲਾਈ ਜਾਂਦੇ ਨੇ ਵੀ ਅਸੀਂ ਆਉਂਦੇ ਹਾਂ ਜਾਂ ਨਾ।
ਜਾਂਦੇ ਹੈ ਸਾਰੇ ਪਾਸੇ ਮਾਯੂਸ ਹੋ ਗਏ। ਹਾਂਜੀ ਹਾਂ, ਤੇ ਜਿਹੜੇ ਨੂੰਹ ਪੁੱਤ ਚੜੇ ਬਾਬਾ ਜੀ, ਇਹਨਾਂ ਕੀ ਨਾਮ ਹੈ ਦੋਨਾਂ ਦਾ, ਨੂੰਹ ਦਾ ਕੀ ਨਾਮ ਹੈ? ਬੇਟੇ ਦਾ ਨਾਮ ਮੇਰਾ ਹਰਦੀਪ ਸਿੰਘ ਹੈ ਜੀ, ਨੂੰਹ ਦਾ ਨਾਮ ਹੈ ਅਮਨਦੀਪ। ਇਹ ਕੀ ਕਰਦੇ ਨੇ? ਇਹ ਵਿਹਲੇ ਨੇ ਜੀ, ਕੰਮ ਕੋਈ ਨਹੀਂ ਕਰਦੇ। ਹਾਂ, ਬੇਟਾ ਡਰਾਈਵਰੀ ਕਰਦਾ ਵਾ, ਹੋਰ ਕੋਈ ਨਹੀਂ ਕਰਦਾ। ਹੁਣ ਜੇ ਨਹੀਂ ਥੱਲੇ ਆਉਂਦੇ, ਮਤਲਬ ਨਹੀਂ ਪ੍ਰਸ਼ਾਸਨ ਗੱਲ ਸੁਣਦਾ, ਤਾਂ ਫਿਰ ਅੱਗ ਲਾ ਕੇ ਮਾਰੂੰਗਾ। ਮੈਂ, ਮੇਰੀ ਸ਼ੋਪ ਹੈ ਜੀ ਲੋਕਲ, ਛੋਟੀ ਮੋਟੀ ਸ਼ੋਪ ਹੈ, ਅਸੈਸਰੀ ਦੀ ਸ਼ੋਪ ਹੈ। ਅੱਛਾ ਜੀ। ਅਤੇ ਮੇਰੇ ਮਿਸਿਜ਼ ਦੇ ਨਾਂ ਦੀ ਫਾਈਲ ਲੱਗੀ ਹੋਈ ਸੀਗੀ ਇੱਥੇ, ਪ੍ਰੀਤੀ ਦੇ ਨਾਮ ਤੋਂ, ਵਾਈਫ ਆਫ ਬਲਜਿੰਦਰ ਮਣੀ। ਠੀਕ ਹੈ। ਅਤੇ ਦਸੰਬਰ 2023 ਦੇ ਵਿੱਚ ਅਸੀਂ ਇਹਨਾਂ ਕੋਲ ਆਏ, ਅਤੇ ਇਹਨਾਂ ਨੇ ਸਾਨੂੰ ਪਹਿਲਾਂ ਕਿਹਾ ਜੀ ਗਲੋਬਲ ਵੇ ਇਮੀਗ੍ਰੇਸ਼ਨ, ਅਮਿਤ ਮਲਹੋਤਰਾ, ਵੀਨੂ ਮਲਹੋਤਰਾ ਇੱਥੋਂ ਦੇ MD ਨੇ, ਅਤੇ ਜਿਹੜੀ ਇਹਨਾਂ ਦੀ ਕੌਂਸਲਰ ਸੀ ਉਹ ਰਾਜਵਿੰਦਰ ਕੌਰ ਹੈ ਜੀ, ਮੈਨੇਜਰ ਇਹਨਾਂ ਦਾ ਹੈਗਾ ਆ ਕਰੁਣ, ਅਤੇ ਇੱਕ ਕੁੜੀ ਹੋਰ ਹੁੰਦੀ ਹੈ ਜੀ ਰਾਧਿਕਾ। ਅਸੀਂ ਇਹਨਾਂ ਕੋਲ ਆਏ, ਰਾਜਵਿੰਦਰ ਕੌਰ ਸੀਗੀ ਉਹ ਸਾਨੂੰ ਸ਼ੁਰੂ ਤੋਂ ਡੀਲ ਕਰਦੀ ਪਈ ਸੀ, ਮੇਰੇ ਕੋਲ ਬਕਾਇਦਾ ਪ੍ਰੂਫ ਹੈ, ਇਹਨਾਂ ਨੇ ਦੇਖੋ ਇੱਥੇ ਲਿਖਿਆ ਹੋਇਆ UK ਵਰਕ ਵੀਜ਼ਾ ਤੇ, ਵਰਕ ਵੀਜ਼ਾ ਤੇ। ਕਿੰਨੇ ਪੈਸਿਆਂ ਦਾ ਇਹਨਾਂ ਨੇ ਡੀਲ ਕੀਤੀ ਸੀ? ਡੀਲ ਸਾਡੇ ਨਾਲ 24 ਲੱਖ ਦੀ ਹੋਈ ਹੋਈ ਹੈ ਜੀ। ਤੁਸੀਂ ਇਕੱਲੇ ਨੇ ਜਾਣਾ ਸੀ? ਮਿਸਿਸ ਦੇ ਨਾਲ, ਮਿਸਿਸ ਮੇਨ ਐਪਲੀਕੈਂਟ ਸੀਗੀ, ਮੈਂ ਸੀਗਾ ਸਪਾਊਸ ਦੇ ਤੌਰ ਤੇ। ਕਿੰਨੇ ਪੈਸੇ ਦੇ ਚੁੱਕੇ ਸੀਗੇ? ਅਸੀਂ ਸਟਾਰਟਿੰਗ ਦੇ ਵਿੱਚ ਇਹਨਾਂ ਨੇ ਡੀਲ ਕੀਤੀ ਕਿ ਪੇਮੈਂਟ ਅਸੀਂ ਆਫਟਰ ਵੀਜ਼ਾ ਲਵਾਂਗੇ ਤੁਹਾਡੇ ਤੋਂ, 24 ਲੱਖ ਰੁਪਏ ਦੀ ਡੀਲ ਹੈ, ਪਹਿਲਾਂ ਕੋਈ ਪੇਮੈਂਟ ਨਹੀਂ ਲੈਣੀ। ਉਸ ਚੀਜ਼ ਦਾ ਇਹਨਾਂ ਦਾ ਪ੍ਰੂਫ, ਇਹਨਾਂ ਨੇ ਖੁਦ ਰਿਟਰਨ 'ਚ ਲਿਖ ਕੇ ਦਿੱਤਾ ਕਿ ਅਸੀਂ ਪੇਮੈਂਟ ਬਾਅਦ 'ਚ ਲਵਾਂਗੇ। ਪੈਸਾ ਅਸੀਂ ਫਰਵਰੀ 'ਚ 10 ਲੱਖ ਦਿੱਤਾ, ਇਹਨਾਂ ਨੇ ਸਾਡੇ ਲੈਟਰ ਬਹੁਤ ਕੈਂਸਲ ਕਰਾਏ, ਫਿਰ ਸਾਨੂੰ ਕਹਿਣ ਲੱਗ ਗਏ ਕਿ ਤੁਹਾਨੂੰ ਨਾ ਹੁਣ ਜਿਹੜੇ ਸਪੋਂਸਰਸ਼ਿਪ ਆ ਰਹੀ ਉਹ ਪੇਡ ਆ ਰਹੀਆਂ, ਤੁਹਾਨੂੰ ਪੈਸੇ ਦੇਣੇ ਪੈਣੇ ਆ, ਕਿਉਂਕਿ ਸਾਡੇ ਡਾਕੂਮੈਂਟ ਵੀ ਇਹਨਾਂ ਕੋਲ ਸੀਗੇ, ਇਹ ਗੱਲਾਂ ਹੀ ਹੋਰ ਤਰ੍ਹਾਂ ਦੀ ਕਰਦੇ, ਅਸੀਂ 10 ਲੱਖ ਦੇ ਦਿੱਤੇ ਇਹਨਾਂ ਨੂੰ। ਉਸ ਤੋਂ ਬਾਅਦ 'ਚ ਇਹਨਾਂ ਨੇ ਕਰਦੇ ਕਰਾਉਂਦੇ ਮਾਰਚ ਦੇ ਵਿੱਚ ਵੀਨੂ ਮਲਹੋਤਰਾ ਸੀਗੀ, ਉਹ ਔਨ ਦਾ ਸਪੋਰਟ ਸਾਨੂੰ ਕਹਿਣ ਲੱਗ ਗਈ ਤੁਹਾਡੇ ਨਾ ਇੰਸ਼ੋਰੈਂਸ ਆ ਗਈ ਆ, 8 ਲੱਖ ਰੁਪਏ ਤੁਹਾਨੂੰ ਹੋਰ ਦੇਣਾ ਪੈਣਾ। 24 ਲੱਖ 'ਚ ਪੈਕੇਜ ਡਨ ਹੋਏ ਦੇਣਾ, ਇਹਨੇ 32 ਲੱਖ ਦੇ ਪੈਕੇਜ ਪਹੁੰਚਾ ਤਾ ਸਾਡਾ। ਅਸੀਂ ਉਸ ਟਾਈਮ ਬੜੀ ਇਹਨਾਂ ਨਾਲ ਸਾਡੀ ਬਹਿਸਬਾਜ਼ੀ ਹੋਈ ਫੋਨ ਦੇ ਵਿੱਚ ਕਿ ਸਾਡੀ ਗੱਲ ਜਾਂ 24 ਲੱਖ 'ਤੇ ਹੋਈ, ਤੁਸੀਂ 8 ਲੱਖ ਕਿੱਦਾਂ ਵਧਾਇਆ? ਉਹ ਨਹੀਂ ਜੀ, ਤੁਹਾਡੀ ਇੰਸ਼ੋਰੈਂਸ ਹੈ, ਇੱਦਾਂ ਉੱਦਾਂ ਕਰਦੇ। ਇੱਥੇ ਪਹੁੰਚੀ ਹੋ, ਇਹਨਾਂ ਦੇ ਨਾਲ ਹੀ ਆਏ ਹੋ, ਕਿੱਥੋਂ ਆਏ ਕਿੱਥੋਂ ਤੁਸੀਂ? ਅਸੀਂ ਲੋਕਲ ਲੁਧਿਆਣੇ ਤੋਂ ਹੀ ਹਾਂ ਜੀ। ਇਹਨਾਂ ਦੇ ਨਾਲ ਹੀ ਕਿੱਦਾਂ ਆਏ, ਮਤਲਬ ਜਿਵੇਂ ਅੱਜ ਟੈਂਕੀ 'ਤੇ ਚੜ੍ਹੇ ਨੇ, ਤੁਸੀਂ ਵੀ ਅੱਜ ਇੱਥੇ ਆਏ ਹੋ? ਸਰ, ਸਾਨੂੰ ਇੱਥੋਂ ਜਿਵੇਂ ਹੁਣ ਸਾਡੇ ਮਤਲਬ ਇਹਨਾਂ ਕੋਲ ਰਸ਼ ਪਿਆ ਹੋਇਆ, ਕਾਫੀ ਲੋਕੀ ਲੰਘਦੇ, ਅਸੀਂ ਤਾਂ ਲੋਕਲ ਹੀ ਹਾਂ, ਸਾਨੂੰ ਫੋਨ ਗਏ ਹੋਏ ਆ ਕਿ ਇੱਥੇ ਟੈਂਕੀ ਆ ਗਏ, ਮਤਲਬ ਤੁਸੀਂ? ਅਸੀਂ ਵੀ ਆ ਗਏ। ਹਾਂਜੀ ਬਿਲਕੁਲ ਜੀ। ਅਤੇ ਬੇ ਇਹਨਾਂ ਦੇ ਨਾਲ ਹੀ ਬੈਠੋਗੇ? ਬਿਲਕੁਲ ਬੈਠਾਂਗੇ ਜੀ, ਸਾਡੇ 18 ਲੱਖ ਰੁਪਏ, ਮੈਂ ਕਹਿੰਦਾ ਸਾਰਿਆਂ ਨਾਲੋਂ ਜ਼ਿਆਦਾ ਪੈਸਾ। ਆਹ ਦੇਖੋ ਜੀ, 22 ਵੀ ਇਹਨਾਂ ਦੇ ਵੀ ਆ, ਬਥੇਰੇ ਮੈਂ ਹੋਰ ਵੀ ਫੋਨ ਕੀਤੇ, ਹੋਰ ਵੀ ਲੋਕੀ ਆ ਰਹੇ ਜੀ, ਸਾਰੇ ਠੱਗੀ ਦਾ ਸ਼ਿਕਾਰ, ਸਾਰੇ ਹੀ ਆ ਜੀ, ਪੈਸੇ ਦੇ ਹੀ ਨਹੀਂ ਰਹੇ, ਇੱਕ ਨੰਬਰ 'ਚ ਦਿੱਤਾ ਹੋਇਆ ਕੀਤੀ ਹੁਣ ਉਹਨਾਂ ਨੂੰ, ਗੱਲ ਬਹੁਤ ਵਾਰੀ ਕਰ ਚੁੱਕੇ, ਧਮਕੀਆਂ ਦਿੰਦੇ ਆ ਜੀ। ਪ੍ਰਸ਼ਾਸਨ ਕੀ ਕਹਿ ਰਿਹਾ ਹੁਣ? ਪ੍ਰਸ਼ਾਸਨ ਕੋਈ ਹੱਥ ਪੱਲਾ ਹੀ ਨਹੀਂ ਹੈਗਾ ਜੀ, ਇਹਨਾਂ ਨੂੰ ਧਮਕੀਆਂ ਦੇ ਰਿਹਾ ਜੀ, ਇੱਕੋ ਗੱਲ ਕਹਿੰਦੇ ਕਹਿੰਦੇ ਜੋ ਤੁਸੀਂ ਕਰਨਾ ਕਰ ਲਓ। ਹੁਣ ਤੁਸੀਂ ਧਰਨਾ ਲਾਓਗੇ? ਧਰਨਾ ਲਾਵਾਂਗੇ, ਅਸੀਂ ਇੱਕ ਵਾਰੀ ਧਰਨਾ ਅੱਗੇ ਵੀ ਲਾ ਚੁੱਕੇ ਹਾਂ ਜੀ, 15-20 ਦਿਨ ਪਹਿਲਾਂ, ਕੋਈ ਸੁਣਵਾਈ ਨਹੀਂ, ਕੋਈ ਕੁਛ ਨਹੀਂ।